కావుగా దెచ్చుకున్న సీతాశ్రవంది మోహిత తుమ్మ జిక్రార్ అల్ ముమినీన్ ఆర్ ఏదే జో కుశ అసీ వాక్యాత్ బయాన్ కీతే కిసే పైగంబర్ దే సునో కిసే కామ దే ఓదే దో ఫైదే మోహిత తుమ్మ మోహిత డాంట్ ਕਿ ਜਿੰਨੇ ਬੁਰੇ ਕੰਮ ਕਰਦੇ ਸੁਣ ਤੋਂ ਬਾਅਦ ਦੁਨੀਆ ਕੰਬ ਲੈ ਕਿ ਸ਼ਰਾਬ ਪੀਣ ਵਾਲਾਂ ਦਾ ਕਈ ਅਸਰ ਹੋਇਆ ਕੌਮੇ ਲੂਤ ਵਾਲੇ ਕਿੱਧਰ ਗਏ ਪੱਥਰਾਂ ਦੀ ਬਾਰਿਸ਼ ਹੋਈ ਹੈ ਜ਼ਨਾ ਕਰਨ ਵਾਲੇ ਕਿੱਦਾਂ ਬਰਬਾਦ ਕਰੇ ਮੌਇਜ਼ਾ ਇਹ ਸਿਰਫ ਨਸੀਹਤ ਨੂੰ ਨਹੀਂ ਆਉਂਦੇ ਅਤੇ ਡਾਂਟ ਦਾ ਮਤਲਬ ਅੱਲਾ ਆਇਆ ਸੀ ਝਿੜਕ ਦਿੰਦਾ ਆਇਆ ਸੀ ਡਾਂਟ ਦਿੰਦਾ ਕਿ ਕੰਬ ਜਾਣਾ ਕੁਰਾਨ ਨੂੰ ਕੋਈ ਪੜ੍ਹੇ ਸਹੀ ਚੱਜ ਨਾ ਪਰ ਮੈਂ ਪੈਰਾਂ ਥੋੜ੍ਹਾ ਜ਼ਮੀਨ ਨਿਕਲ ਜਾਂਦੀ ਹੈ ਵੀ ਕੀ ਕਰਨ ਡਿਆ ਤੂੰ ਤੇਰਾ ਖੁਦਾ ਵੇਖ ਰਿਹਾ ਔਰ ਇੱਕ ਹਰਕਤ ਨੋਟ ਹੋ ਰਹੀ ਹੈ ਇੱਕ ਦਿਨ ਅੰਜਾਮ ਬੁਰਾ ਹੋਣਾ ਬਸ ਜ਼ਿਕਰਾ ਲਿਲ ਮੋਮਿਨੀਨ ਔਰ ਜਿਹੜੇ ਮੰਨ ਜਾਂਦੇ ਕੁਰਾਨ ਨੂੰ ਇੱਥੇ ਯਕੀਨ ਕਰਦੇ ਨੇ ਸੱਚੀ ਕਿਤਾਬ ਪੜ੍ਹਦੇ ਉਹਨਾਂ ਵਾਸਤੇ ਯਾਦ ਧਿਆਨ ਨਹੀਂ ਬੁਰਾਈਆਂ ਤੋਂ ਉਹਨਾਂ ਨੂੰ ਰੋਕ ਦਿੰਦਾ ਔਰ ਕਦਮ ਕਦਮ 'ਤੇ ਫਿਰ ਉਹਨੂੰ ਨਸੀਹਤ ਕਰਦਾ ਜਾਂਦਾ ਵਿਆਹ ਕੰਮ ਕਰਨੇ 'ਚ ਤਾਂ ਨਹੀਂ ਕਰ ਐਸੀ ਕਿਤਾਬ ਇਸ ਪਾਰੋਂ ਹੀ ਮੈਂ ਕਈ ਵਾਰੀ ਅੱਗੇ ਵੀ ਦੁਹਰਾਇਆ ਹੁਣ ਵੀ ਆਉਣਾ ਵੀ ਕੁਰਾਨ ਤੋਂ ਇਲਾਵਾ ਹੱਕ ਨੂੰ ਮਾਲੂਮ ਕਰਨ ਦੇ ਦੋ ਸਰਚਸ਼ਮੇ ਇਹਨਾਂ ਨੂੰ ਜਿਹੜਾ ਨਹੀਂ ਪੜ੍ਹਦਾ ਇਲਮ ਨਹੀਂ ਹਾਸਲ ਕਰ ਸਕਦਾ ਭਾਵੇਂ ਦੁਨੀਆ ਜਾਨਦਾਰ ਲਾਮਾ ਬਣਿਆ ਹੋਵੇ ਇੱਕ ਤਾਰੀਖ ਦੁਨੀਆ ਦੀ ਹਰ ਕੌਮ ਦੀ ਤਾਰੀਖ ਪਰ ਔਰ ਤਾਰੀਖ ਹੈ ਨਹੀਂ ਬਾਦਸ਼ਾਹ ਕੀ ਕਰਦੇ ਸੀ ਜੋ ਉਹਨਾਂ ਰਾਣੀਆਂ ਕੀ ਰੱਖੀਆਂ ਮਾਲ ਕੀ ਇਹ ਬੇਵਕੂਫਾਂ ਦੀ ਗੱਲਾਂ ਤਾਰੀਖ ਹੈ ਕਿ ਉਹ ਕੌਮ ਨੇ ਕੀ ਤਰੀਕਾ ਅਪਣਾਇਆ ਉਹਨਾਂ ਦੇ ਹੁਕਮਰਾਨਾਂ ਨੇ ਕਿੰਨਾ ਜ਼ੁਲਮ ਕੀਤੇ ਰਿਆ ਨੂੰ ਕਿੱਦਾਂ ਤੰਗ ਕੀਤਾ ਅੰਜਾਮ ਕੀ ਹੋਇਆ ਨੇਕ ਲੋਕਾਂ ਨੇ ਅਗਰ ਦੁੱਖ ਉਠਾਇਆ ਔਰ ਮੁਸੀਬਤਾਂ ਦੇਖੀਆਂ ਤਾਂ ਜੇਲ੍ਹਾਂ 'ਚ ਗਏ ਤਾਂ ਫਾਂਸੀਆਂ 'ਤੇ ਲੜਕੇ ਆਖਰ ਉਹਨੂੰ ਫਲ ਕੀ ਮਿਲਿਆ ਅੱਲਾ ਪਾਕ ਫਰਮਾਉਂਦਾ ਤਾਰੀਖ ਇੱਕ ਤਜਰਬਾ ਹੈ ਮੋਹਰੇ ਤਸਦੀਕ ਹੈ ਕਿ ਜੋ ਕੁਰਾਨ ਆਉਂਦਾ ਇਹਨੂੰ ਅੱਲਾ ਨੇ ਸੱਚ ਕਰਕੇ ਦਿਖਾਇਆ ਬਾਰ ਬਾਰ ਹੋ ਚੁੱਕਾ ਤਾਰੀਖ ਤੋਂ ਜ਼ਿਆਦਾ ਇਲਮ ਦਾ ਕੋਈ ਆਰਾ ਜ਼ਰੀਆ ਨਹੀਂ ਜਿਹਦੇ ਨਾਲ ਸਿਰਫ ਇਹ ਬਾਤ ਫਿਰ ਇੱਕ ਨਾ ਥਿਊਰੀ ਨਹੀਂ ਰਹਿ ਜਾਂਦੀ ਕਿ ਖਿਆਲੀ ਪੁਲਾਓ ਆ ਇੱਕ ਆਲਮ ਦੇ ਉਹ ਬਿਲਕੁਲ ਅਮਲੀ ਸਾਹਮਣੇ ਆਉਂਦੀ ਗੱਲ ਕਿ ਹੁੰਦਾ ਹੁੰਦਾ ਬਾਰ ਬਾਰ ਹੁੰਦਾ ਹੁੰਦਾ ਇਸ ਪਾਰੋਂ ਅਲਾਮਾ ਇਕਬਾਲ ਫਰਮਾਉਂਦਾ ਚੀਸ ਤਾਰੀਖ ਸਵਾਲ ਕੀਤਾ ਕਿਆ ਹੈ ਤਾਰੀਖ ਇਹ ਦੇ ਖੁਦ ਬੇਗਾਨਾ ਹੈ ਕਿ ਆਪਣੇ ਆਪ ਤੋਂ ਬੇਖਬਰ ਆਏ ਮੁਸਲਮਾਨ ਜਿਹਨੂੰ ਖਬਰ ਹੀ ਕੋਈ ਨਹੀਂ ਕਿ ਕਿਹੜੀ ਲੋੜ ਸੀ ਅਲਾ ਨੂੰ ਕਾਲੇ ਕਾਗਜ਼ ਕਰਨ ਦੀ ਇੰਨੇ ਕੰਮ ਤੀਸਰਾ ਹਿੱਸਾ ਕੁਰਾਨ ਦਾ ਕਿਸੇ ਨਾ ਪੜਦਾ ਚੀਸ ਤਾਰੀਖ ਇਹ ਦੇ ਖੁਦ ਬੇਗਾਨਾ ਹੈ ਦਾਸਤਾਨ ਹੈ ਕਿੱਸਾ ਹੈ ਅਫਸਾਨਾ ਹੈ ਇਹ ਸਵਾਲ ਹੀ ਆ ਸਾਰੇ ਕਿ ਕਹਾਣੀਆਂ ਇਹਨੂੰ ਚੱਜ ਨਾ ਪੜ੍ਹ ਮਸ਼ਰਕ ਮਗਰ ਦੀ ਕਮਰ ਜਿਹਨਾਂ ਨੇ ਪੜ੍ਹਿਆ ਇਹ ਕਾਫਰ ਅੰਗਰੇਜ਼ਾਂ ਨੇ ਕਈ ਤਹਿਜ਼ੀਬਾਂ ਨੇ ਮੁਤਾਲਾ ਕੀਤਾ ਬਹੁਤ ਅੱਛਾ ਕੰਮ ਕੀਤਾ ਹਿਸਟਰੀ ਆਫ ਹਿਸਟੋਰੀ ਨੇ ਦੇਖਦੇ 40-50 ਕੌਮਾਂ ਔਰ ਉਹਨੇ ਮੋਹਰ ਲਾਈ ਹੈ ਕਿ ਬਾਕੀ ਯਾਰ ਜੋ ਕੁਰਾਨ ਆਉਂਦਾ ਇਹੋ ਹੀ ਗੱਲ ਹੈ ਕਿ ਕੌਮਾਂ ਦੇ ਰੂਜੋ ਜ਼ਵਾਲ ਅਤੇ ਅਖਲਾਕੀਆਤ ਦਾ ਦਖਲ ਇਹ ਐਵੇਂ ਜਿਹੜਾ ਨਾ ਕਿ ਅਸਲਾ ਉਹਨਾਂ ਕੋਲ ਆਵੇ ਉਹਨਾਂ ਦੇ ਕਾਰਖਾਨੇ ਹੋ ਜਾਣਾ ਹੋਵੇ ਕੁਛ ਵੀ ਨਹੀਂ ਇਹ ਸਾਰੀਆਂ ਚੀਜ਼ਾਂ ਉਹਨਾਂ ਕੌਮਾਂ ਕਹਾਉਂਦੀਆਂ ਉਸੇ ਵੇਲੇ ਤਬਾਹ ਹੋ ਕੇ ਰਹਿ ਜਾਂਦੀ ਕੋਈ ਸ਼ੈ ਉਹਨਾਂ ਨਹੀਂ ਬਚਾ ਸਕਦੀ ਰੋਜ਼ ਔਰ ਤਰੱਕੀ 'ਚ ਵੀ ਕਿਰਦਾਰ ਦਾ ਦਖਲ ਹੈ ਅਤੇ ਬਰਬਾਦੀ 'ਚ ਵੀ ਦਖਲ ਹੈ ਸਭ ਕੁਛ ਹੁੰਦਾ ਜਦੋਂ ਉਹਨਾਂ ਦਾ ਕਰੈਕਟਰ ਨਹੀਂ ਠੀਕ ਤਬਾਹ ਹੋ ਜਾਂਦੀ ਔਰ ਦੂਸਰਾ ਜ਼ਰੀਆ ਇਲਮ ਹੈ ਫਿਤਰਤ ਦਾ ਮੁਸ਼ਾਹਦਾ ਇਹ ਕਾਇਨਾਤ ਜਿਹੜੀ ਇਰਦ ਗਿਰਦ ਫੈਲੀ ਮੈਂ ਆਪਣੇ ਵਜੂਦ ਨੂੰ ਵੇਖਾਂ ਆਪਣੀ ਕਹਾਣੀ ਪੜ੍ਹਾਂ ਕਿ ਕਿਸ ਤਰ੍ਹਾਂ ਇਹ ਨਬਾਤਾਤ ਸੀ ਬਾਪ ਨੇ ਉਗਜ਼ਾ ਖਾਧੀ ਉਹ 'ਚ ਕਤਲਾ ਤਿਆਰ ਹੋਇਆ ਮਾਂ ਦੇ ਸ਼ਿਕਮ ਗਿਆ ਹੈਂ ਖੁਦ ਵੱਲ ਵੇਖ ਰਕਮ ਪਰ ਸਾਰੀ ਆਖਰ ਤੀਕ ਛੜੀਆਂ ਕੁਰਾਨ ਨੇ ਜਦੋਂ ਆਖਿਆ ਵਫੀ ਅਨਫੁਸ ਇੱਕ ਸੂਫੀਆਂ ਨੇ ਬਣਾ ਲਿਆ ਤੁਹਾਡੇ ਵਿੱਚ ਵੜਿਆ ਅੱਲਾ ਉਹ ਬਈ ਪਿੱਛੇ ਤਾਂ ਯਾਦ ਹੈ ਲਫਜ਼ ਕਿ ਜ਼ਮੀਨ 'ਤੇ ਫਿਰ ਅਰਜ਼ ਆ ਯਾਰ ਜ਼ਮੀਨ ਮੈਂ ਵੀ ਨਿਸ਼ਾਨੀਆਂ ਹੈ ਵਫੀ ਅਨ ਤੁਹਾਰੇ ਆਪਣੇ ਅੰਦਰ ਵੀ ਨਿਸ਼ਾਨੀਆਂ ਬਾਹਰ ਜੇ ਨਹੀਂ ਵੀ ਤੁਸੀਂ ਵੇਖ ਸਕਦੇ ਨਾ ਅੰਨੇ ਪੈਦਾ ਹੋਏ ਜੇ ਮਾਂ ਦੇ ਪੇਟੋਂ ਅਤੇ ਆਪਣਾ ਆਪ ਨਹੀਂ ਕਦੀ ਪੁੱਛਿਆ ਤੁਸੀਂ ਕਿੱਦਾਂ ਅਸੀਂ ਦੁਨੀਆ 'ਚ ਆਏ ਕੀ ਸਾਡੀ ਪੁਰਾਣੀ ਕਹਾਣੀ ਇਸ ਤੋਂ ਇਹ ਮੈਂ ਔਰ ਮੇਰੇ ਇਰਦ ਗਿਰਦ ਜਿਹੜਾ ਜਹਾਨ ਅੱਲਾ ਇਹਦਾ ਵੀ ਕੁਰਾਨ 'ਚ ਬਾਹਰ ਬਾਹਰ ਨਿਸ਼ਾਨੀਆਂ ਉਂਗਲਾਂ ਉਠਾ ਉਠਾ ਕੇ ਆਉਂਦਾ ਕਿ ਜਾ ਪੌਦਿਆਂ ਨੂੰ ਦੇਖ ਸ਼ਹਿਦ ਦੀ ਮੱਖੀ ਨੂੰ ਵੇਖ ਐਸਿਆਂ ਨੂੰ ਵੇਖ ਦਵਾਈ ਦੇਈ ਜਾਂਦਾ ਇਹ ਸਵੇਰੇ ਫਜ਼ਰ ਦੀ ਨਮਾਜ਼ ਤੋਂ ਬਾਅਦ ਮੈਂ ਸੂਰਾ ਕਾਸ਼ੀਆ ਪੜ੍ਹੀ ਉਹ ਪੁੱਛਣ ਵਾਲੇ ਨੇ ਪੁੱਛਿਆ ਕਿ ਅੱਲਾ ਤਾਲਾ ਕਿਉਂ ਆਉਂਦਾ ਫਲਾ ਯੰਜ਼ੁਰੂਨ ਅਲੈ ਬਿਲ ਕੈਫਾ ਖੁਲਿਕਤ ਵੈਲ ਸਮਾ ਕੈਫਾ ਰੁਫਿਅਤ ਵੈਲ ਜਬਾਲ ਕੈਫਾ ਨਸਬਤ ਵੈਲ ਕੈਫਾ ਸਦ ਬਿਜਲੀਆਂ ਕੜਕੜੀਆਂ ਅਸਮਾਨ ਤੋਂ ਅਰਬ ਕੰਬ ਰਹਿ ਬੋਲੀ ਆ ਉਹਨਾਂ ਦੀ ਰਸੂਲ ਪੜ੍ਹ ਰਿਹਾ ਬੱਦੂ ਜਿਹੜੇ ਕੰਬ ਰਹਿ ਅੱਲਾ ਪਾਕ ਨੇ ਉਹਨਾਂ ਨੂੰ ਗੱਲ ਵੀ ਉਹ ਸੁਣਾਈ ਜਿਹੜੀ ਬਿਲਕੁਲ ਜਿੱਥੇ ਖੜੇ ਆ ਨਾ ਉੱਥੇ ਹੀ ਉਹਨਾਂ ਦੇ ਸਾਹਮਣੇ ਊਂਠ 'ਤੇ ਸਵਾਰ ਖੜੇ ਆ ਸਿਰ 'ਤੇ ਅਸਮਾਨ ਦਾ ਖੈਮਾ ਤਣਿਆ ਥੱਲੇ ਜ਼ਮੀਨ ਦਾ ਫਰਸ਼ ਵਿਛਿਆ ਔਰ ਇਰਦ ਗਿਰਦ ਅਰਬਾਂ ਦੇ ਪਹਾੜ ਹੀ ਪਹਾੜ ਹੈ ਅੱਲਾ ਆਉਂਦਾ ਇਹ ਦੇਖਦੇ ਨਹੀਂ ਹੈ ਕਿ ਊਂਠ ਕੈਸੇ ਬਣਾ ਕਿੱਦਾਂ ਦੀ ਇਹਦੀ ਗਰਦਨ ਕਿੱਦਾਂ ਦਾ ਬੇਡੋਲ ਜਿਹਾ ਬਣਿਆ ਪਾਣੀ ਦੀ ਇੱਕ ਬੂੰਦ ਹੈ ਔਰ ਇਸ ਅਸਮਾਨ ਨੂੰ ਨਹੀਂ ਪੈਂਦੇ ਕਿ ਜਿਹਦੀ ਵਸਤ ਦਾ ਹੀ ਕੋਈ ਅੰਦਾਜ਼ਾ ਨਹੀਂ ਕਿੰਨਾ ਲੰਬਾ ਚੌੜਾ ਕਿਵੇਂ ਖੜਾ ਔਰ ਇਹਦੇ ਅੰਦਰ ਅਣਗਿਣਤ ਸਿਤਾਰੇ ਸਿਆਰੇ ਸੂਰਜ ਘੁੰਮ ਰਿਹਾ ਜ਼ਮੀਨ ਨੂੰ ਵੇਖੋ ਕਿ ਫਰਸ਼ ਵਿਛਾਇਆ 'ਚ ਨਬਾਤਾਤ ਦਰਿਆ ਹੈਵਾਨਾਤ ਔਰ ਕਿੰਨਾ ਅਣਗਿਣਤ ਸਮਾਨ ਹੈ ਔਰ ਪਹਾੜੋਂ ਕੀ ਤਰਫ ਸਹੀ ਯਾਨੀ ਬਿਲਕੁਲ ਜਿਹੜੇ ਸਾਹਮਣੇ ਦੀ ਗੱਲਾਂ ਉਂਗਲ ਉਠਾ ਦਿੰਦਾ ਇਹ ਇੱਕ ਸੂਰਤ ਦੀ ਗੱਲ ਗਈ